तीन चार दिन तो जिहड़े नाम सी उहनां दा मनदीप होणी सीगे कोई तरन तार दे कोई सिला च बंद सीगे ते बलवीर डिप्टी है एक बलवीर डिप्टी ओहदी शह नाल ओह साडे हाथे च आ के सानू ललकारदा सीगा कि अमन फतेह वीर आणा जी मैनू कि ललकारदा पिया सीगा कि आयो थले है ना ते आपां नहीं आए। उन्होंने गेट गूट टप के ताले तोड़ के उधर आए बलवीर डिप्टी की शहन आ उन्हें ओहदे कहन ते राडा लै के आया ठीक है लत ते मारी मेरे फिर उस तो बाद सानू सेफ्टी च बंद करता सला चौबी चक्किया च बंद करता फिर उस तो बाद बारो ताले तोड़ के 25-30 जने सिद्धू मूसे वाले कांड वाले सारे जिन्हें भी आ 25-26 जने यानी कि 30-40 जने सानू तिन्हां नू आ गए पे उत्थे गोइंदवाल जेल दे विच सिर्फ किहदी शहर है बलवीर डिप्टी है बलवीर डिप्टी बलवीर उन्हें ही कराया जो कराया सारा उन्हें ही कराया नहीं आपां ते नॉर्मल ही आ बस अमन फतेह होनी वीर उन्हां नाल मैं रह रहे साडे हाँ जी उन्होंने ताले तोड़ के ते टीनू एक बाकी उहदे नाल दे सारा ग्रुप एक मनदीप मनदीप दा भरा जिन्हां ने ताले तोड़ के गेट उत्तो टप के सानू ते ऐसे गुरदयाल सिंह जी मामला सर सानू ते बाद विच भेजिया वा जदों लड़ाई कदे होई इहनां दी आस विच इत्थे गोंदवाल साहब जेल दे विच ते उत्थों मुड़ के एस एच ओ साहब ओ डी टी साहब उत्थे आए सी ਉਹਨਾਂ ਨੂੰ ਇਸ ਚੀਜ਼ ਦੀ ਸੀਨੀਅਰ ਅਫਸਰਾਂ ਨੂੰ ਜ਼ਿਆਦਾ ਨੌਲੇਜ ਹੈ ਅਤੇ ਸਾਡੀ ਦੇ ਬਾਅਦ ਦੇ ਵਿੱਚ ਡਿਊਟੀ ਲੱਗੀ ਹੈ ਇੱਥੇ ਇਹਦੀ ਸਿਕਿਉਰਿਟੀ ਵਾਸਤੇ ਇਹ ਅਸੀਂ 3 ਜਣੇ ਲਿਆਏ ਉੱਥੋਂ ਗੋਂਦਵਾਲ ਸਾਹਿਬ ਤੋਂ ਇੱਕ ਜਣੇ ਨੇ ਇੱਥੇ ਕਰ ਲਿਆ ਨਾ ਐਡਮਿਟ ਅਤੇ 2 ਜਣੇ ਅੰਮ੍ਰਿਤਸਰ ਕਰ ਦਿੱਤੇ ਇਹਨਾਂ ਸੱਟਾਂ ਦਾ ਸਰ ਉਹ ਜ਼ਿਆਦਾ ਉਹਨਾਂ ਨੂੰ ਪਤਾ ਸਾਡੀ ਤਾਂ ਇੱਥੋਂ ਮੁੜ ਕੇ ਡਿਊਟੀ ਲੱਗੀ ਸੀ ਅਤੇ ਉਹ ਜਿਹੜੇ ਉਹਨਾਂ ਦੇ ਅੰਮ੍ਰਿਤਸਰ ਕੀਤੇ ਰੈਫਰ ਉਹਨਾਂ ਦੇ ਸੱਟਾਂ ਥੋੜ੍ਹੀਆਂ ਜ਼ਿਆਦਾ ਸੀ ਉਹਨਾਂ ਨੂੰ ਉੱਥੇ ਰੈਫਰ ਕਰਤਾ ਇਹਨਾਂ ਨਹੀਂ ਨੌਲੇਜ ਜੀ ਕਿਹੜੇ ਗਰੁੱਪ ਦੇ ਆ ਸੀਨੀਅਰ ਅਫਸਰਾਂ ਨੂੰ ਪਤਾ ਉੱਥੇ ਐਸ ਐਚ ਓ ਸਾਹਿਬ ਆਏ ਸੀ ਡਿਊਟੀ ਸਾਹਿਬ ਆਏ ਸੀ ਗੋਂਦਵਾਲ ਸਾਹਿਬ ਵਾਲੇ ਅਤੇ ਟ੍ਰੀਟਮੈਂਟ ਰਾਤ ਇਹਨਾਂ ਦਾ ਕੀਤਾ ਫਸਟ ਏਡ ਜੋ ਵੀ ਹੈਗਾ ਦਿੱਤਾ ਸੀ ਅਤੇ ਉਸ ਤਰ੍ਹਾਂ ਇਹ ਤਾਂ ਠੀਕ ਆ ਹਾਂਜੀ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁੱਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼ ਰੋਜ਼ਾਨਾ ਅੱਜ ਦੀ ਆਵਾਜ਼ ਪੰਜਾਬ ਦੀ ਭਰੋਸੇਮੰਦ ਅਖ਼ਬਾਰ